ਛੋਟੀ ਭੈਣ ਨੇ ਕਰਨਾ ਹੀ ਆ ਤੁਹਾਡੀ ਜੋ ਕੀ ਤੁਹਾਡੀ ਨਜ਼ਰ ਇੱਕ ਸ਼ੇਰ ਹੈ ਬਾਕੀ ਮੇਰੀ ਨਜ਼ਰਾਂ 'ਚ ਕਹਿਣਾ ਸਾਡੇ ਤੜੀ ਦੇ ਤੇ ਮੈਨੂੰ ਆਮਦ ਹੋਈ ਹੈ ਮੇਰੇ ਉੱਤੇ ਹੋ ਜਾਣਾ ਹਾਂ ਜੀ ਚਲੋ ਮੇਰੇ ਉੱਤੇ ਕਰੋ ना तुम शायर ना तुम शायर के भतीजे थैंक यू ना तुम शायर के भतीजे तुम हो चंद मोहल्ले वालों की गलती के नतीजे ਸ਼ਾਇਰ ਨਾਲ ਇਹਨੂੰ
ਮੈਂ ਪੁੱਛੀ ਜਾ ਰਿਹਾ ਤੁਹਾਨੂੰ ਹਾਂ ਸੱਤਵੀਂ ਵਾਰੀ ਅੱਠਵੀਂ ਵਾਰੀ ਵੀ ਪੁੱਛਾਂਗਾ ਦੱਸੋ ਮੇਰਾ ਵਿਆਹ ਕਿਹਨਾਂ ਕਰਨਾ ਤੇਰਾ ਵਿਆਹ ਮੈਨੂੰ ਕੀ ਪਤਾ ਕਿਹਨਾਂ ਕਰਨਾ ਮੈਂ ਉਹ ਆਪਣੀ ਦਦੜੋ ਭਾਈ ਜੀ ਤੁਹਾਡੇ ਆਸੇ ਰਿਸ਼ਤਾ ਵੇਖਿਆ ਮੁੰਡਾ ਵੈਲਡਿੰਗ ਦਾ ਕੰਮ ਕਰਦਾ ਏ ਤੂੰ ਵੀ ਦੋ ਦਿਨ ਟੁੱਚ ਲਵਾਇਆ ਇੱਕ ਕੁੜੀ ਹੋਰ ਹੈਗੀ ਏ ਹਾਂ ਲੇਕਿਨ ਉਹ ਨਾ ਮੈਂ ਨਹੀਂ ਕਰਦਾ ਹਾਂ ਉਹ ਐਂਡ ਟਾਈਮ ਤੇ ਬਤੀਤ ਹੋਣ ਵਾਲੀ ਔਰਤ ਹੈ ਠੀਕ ਹੈ ਵਿਚਾਰੀ ਭੋਲੀ ਓਏ ਓਏ ਉਹਦੇ ਨਾਲ ਕਰਨਾ ਵਿਆਹ ਸੋਹਣਿਆ ਤਿੰਨਾਂ ਮਹੀਨਿਆਂ ਬਾਅਦ ਪਿਓ ਬਣ ਜਾਏਗਾ ਇਹ ਕਿਹੜੀ ਤੇਰੇ ਪਿਓ ਦੀ ਸੈਂਸ ਓਏ ਲੋ ਵੀ ਤਿੰਨਾਂ ਕੁੜੀਆਂ ਬਾਬਾ ਜੀ ਮੈਂ ਮਰਦਾ ਮਰ ਜਾਗਾ ਉਹਨਾਂ ਨਹੀਂ ਕਰਾਂਗਾ ਤੇਰੀ ਧੀ ਨਾ ਵਿਆਹ ਇਹਨੇ ਕਰਾਂਗਾ ਤੇਰਾ ਵਿਆਹ ਮੈਂ ਖਰਾਬ ਕਰਾਂਗਾ ਉਹ ਸ਼ਾਇਰਾ ਸਾਰਿਆਂ ਨੂੰ ਚੁਪਾਨਾ ਹੈ ਤੂੰ ਗੰਨਾ ਅੰਦਰ ਆ ਕੇ ਮੇਰਾ ਚੂਪ ਤਾਂ ਗੱਲ ਸੁਣ ਬਈ ਤੇਰਾ ਇਧਰ ਹੋ ਗਿਆ ਤੇਰਾ ਇਧਰ ਹੋ ਗਿਆ ਮੈਨੂੰ ਕੁਝ ਪੁੱਛਾਂ ਦੋ ਬਾਬਾ ਜੀ ਪੁੱਛੋ ਮੈਨੂੰ ਵਿਆਹ ਤੋਂ ਪਹਿਲਾਂ ਰੱਖੋਗੇ ਕਿੱਥੇ ਜਗ੍ਹਾ ਤੂੰ ਦੱਸਣੀ ਜਗ੍ਹਾ ਤੂੰ ਦੱਸਣੀ ਰੱਖਾਂ ਮੈਨੂੰ ਉੱਥੇ ਜਾ ਕੇ ਮੈਂ ਨਸ਼ੇ ਚ ਕਦੀ ਉੱਥੇ ਡਿੱਗੇ ਕਦੀ ਉੱਥੇ ਡਿੱਗੇ ਮੈਂ ਪਿੰਡ ਚ ਰਹਿਣ ਪਿੰਡ ਚ ਵਿਆਹ ਹੋ ਗਿਆ ਨਾ ਤੇਰੀ ਮੱਤ ਵਾਜਿਆ ਨੇ ਜਦੋਂ 20-20 ਬੱਚਿਆਂ ਦੀ ਰੋਟੀਆਂ ਪਕਾਈਆਂ 20-20 ਬੱਚੇ ਆ ਪਿੰਡਾਂ ਥਾਵਾਂ 'ਚ ਵੇਖਣਾ ਨਹੀਂ ਹੁੰਦੀਆਂ ਇੰਜ ਕਰਕੇ ਨਾ ਬੱਚਾ ਗੋਦੀ 'ਚ ਅੱਛਾ ਫਰੈਸ਼ ਹੋ ਕੇ ਰੋਟੀਆਂ ਫੜੀ ਜਾਵੇ ਫੜੀ ਜਾ ਚੱਲ ਵੇ ਫੜੀ ਜਾ ਚੱਲ ਵੇ ਤੂੰ ਵੀ ਫੜੀ ਜਾ ਵੇ ਗਾਂ ਹੋਵੇ ਆ ਤੂੰ ਵੀ ਫੜ ਤੇ ਘੰਟੇ ਕੁ ਬਾਅਦ ਵੇ ਕੌਣ ਕੌਣ ਰਹਿ ਗਿਆ ਆਏ ਮੈਂ ਮਰ ਗਈ ਬੂਟਿਆ ਤੂੰ ਨਾ ਰੱਜੀ ਆਏ ਕੀ ਸਾਡੀ ਕਿਸਮਤ ਆਏ ਕੀ ਸਾਡੀ ਕਿਸਮਤ ਹੈ ਦਿਨੇ ਵੀ ਚੁੱਲ੍ਹੇ ਅੱਗੇ ਆਏ ਦੁਪਹਿਰ ਨੂੰ ਵੀ ਚੁੱਲ੍ਹੇ ਅੱਗੇ ਚੁੱਪ ਕਰ ਵੇ ਚੁੱਪ ਕਰ ਆਲਾ ਡੱਫ ਲੈ ਤੁਹਾਡਾ ਮੇਰਾ ਮੈਂ ਸੋਚ ਲਈ ਤਾਂ ਮੈਂ ਪਿੰਡ 'ਚ ਸ਼ਾਦੀ ਨਹੀਂ ਕਰਨੀ ਮੈਂ ਕਰਨੀ ਹੈ ਫੈਸਲਾਬਾਦ ਕਿੱਥੇ ਫੈਸਲਾਬਾਦ ਉਹ ਉੱਥੇ ਜਿੰਨੀ ਤੈਨੂੰ ਜੁਗਤ ਹੋਣੀ ਤੈਨੂੰ ਪਤਾ ਹੀ ਨਹੀਂ ਉਹ ਆਏ ਨਹੀਂ ਫੈਸਲਾਬਾਦੀ ਇਹ ਪੁੱਛ ਲੈ ਫੈਸਲਾਬਾਦ ਮੈਂ ਗਿਆ ਕਿ 90 ਸਾਲ ਦਾ ਬਾਬਾ ਮੈਂ ਕਿਹਾ ਚਾਚਾ ਕੀ ਹਾਲ ਏ ਤੂੰ ਦਵਾਈ ਲੈ ਕੇ ਦੇਣੀ ਹੈ ਮੈਂ ਹਮਾਮ ਤੇ ਨਹਾਉਣ ਗਿਆ ਮੈਂ ਕਿਹਾ ਭਾਈ ਪਾਣੀ ਗਰਮ ਮੈਂ ਤੂੰ ਆਂਡੇ ਬਾਲਣੇ ਮੈਂ ਇੱਕ ਮਾਈ ਨੂੰ ਕਿਹਾ ਮਾਈ ਕੱਚੀ ਬਸਤੀ ਕਾਕਾ ਟੱਕਰ ਮਾਰ ਕੇ ਵੇਖ ਲੈ ਮੈਂ ਇੱਕ ਬੰਦੇ ਨੂੰ ਕਿਹਾ ਚਾਚਾ ਗਲੀ ਕਹਿ ਨਹੀਂ ਜਾਂਦੀ ਕਾਕਾ ਬੰਦੇ ਕਦੀ ਐਂ ਨੂੰ ਜਾਂਦੇ ਕਦੀ ਐਂ ਨੂੰ ਗਲੀ ਇੱਥੇ ਹੀ ਰਹਿੰਦੀ ਹੈ ਮੈਂ ਕੋਈ ਦੁਕਾਨ ਕੇ ਮੋਟਰਸਾਈਕਲ ਆ ਰਿਹਾ ਮੈਂ ਕਿਹਾ ਮੋਟਰਸਾਈਕਲ ਦਾ ਖਿਆਲ ਰੱਖੀ ਕਿਉਂ ਢੁੱਡਾ ਮਾਰਦੀ ਆ ਇੱਕ ਬੰਦਾ ਕਹਿੰਦਾ ਅੱਲਾ ਦੇ ਨਾਂ ਦੇ ਕੁਛ ਤੇ ਮੈਂ ਰੋਟੀ ਖਾਣੀ ਕਹਿੰਦਾ ਖਾ ਤੇਰੇ ਦੰਦ ਆ ਮੇਰੇ ਕੋਲ ਅੱਛਾ ਐਸਾ ਕਰਨੀ ਆ ਮੈਂ ਵਿਆਹ ਕਰਾਣੀ ਆ ਲਾਹੌਰ ਚ ਲਾਹੌਰ ਵਿਆਹ ਕਰਾਣਾ ਮੰਮੀ ਡੈਡੀ ਲਾੜੇ ਲਾਹੌਰ ਦੇ ਲਾੜੇ ਬੋਲਦੇ ਬੜਾ ਸੋਹਣਾ ਨੇ ਕਿਵੇਂ ਕੀ ਪਿਕਾਨੀ ਏ ਖਰਚਾ ਵੀ ਪੂੜਾ ਲੈਣੀ ਏ ਫੇਰ ਦਾੜ ਪਿਆ ਖੀਸੇ ਚੁਕਾ ਲਈ ਨਾ ਕੜਿਆ ਕੜੰਗ ਬਾਦੀਆਂ ਨਾ ਕੜਿਆ ਕੜਾ ਇਹ ਤੇ ਏਡੇ ਸ਼ਨਾਦੇ ਨੇ ਘਰ ਖਰਚਾ ਦੇਣ ਨਾ ਦੇਣ ਖੁਸਰਿਆਂ ਨੂੰ ਮਿੱਠੇ ਪਾਨ ਪੱਤੋ ਕੀ ਦੇ ਕੇ ਆਉਂਦੇ ਹੀ ਤੇ ਤੈਨੂੰ ਕਿੰਨੀ ਵਾਰੀ ਦੇ ਕੇ ਆਏ ਨੇ ਚਾਰ ਦਾ ਗੱਲ ਏਡੀ ਜਵਾਈ ਛੋਟੀ ਬੀਬੀ ਹੋਣੀ ਨਹੀਂ ਉੱਠ ਪੈਣਾ ਟਿਕਣ ਦੁਪਹਿਰੇ ਪਿਪਲੀ ਤੇ ਸਫਾਈਆਂ ਕਰ ਲਵਾਂ ਮੇਰੇ ਮਾਲਕ ਏਡੇ ਜ਼ਾਲਮ ਨੇ 24 ਘੰਟੇ ਮੇਰੇ ਤੇ ਸਵਾਰ ਰਹਿੰਦੇ ਨੇ ਇਹ ਬੂਟਿਆ ਕਰਦੇ ਬੂਟਿਆ ਕਰਦੇ ਚਾਹ ਲਿਆ ਦੇ ਰੋਟੀ ਲਿਆ ਦੇ ਕੱਪੜੇ ਇਸਤਰੀ ਕਰ ਹੈਲੋ ਆ ਗਈ ਜੇ ਬੜੀਆਂ ਗੱਲਾਂ ਕਰਨਾ ਚਾਹ ਰਿਹਾ ਤੁਸੀਂ ਨੀ ਮੂੰਹ ਲਾਉਂਦੇ ਸਾਨੂੰ ਕੀ ਅੰਦਰ ਕੀ ਬਗੈਰ ਤੀ ਉੱਠ ਰਹੀ ਹੈ ਮੈਂ ਤੇਰੀ ਬਗੈਰ ਤੀ ਤੇ ਠੁੱਡੇ ਮਾਰਨੇ ਨੇ ਕੋਈ ਗੱਲ ਨਹੀਂ ਖਾ ਲਾਂਗੇ ਠੁੱਡੇ ਗੱਲ ਤੇ ਮੰਨੋ ਲੈ ਗੱਲ ਮੰਨੋ ਪਾਗਲ ਜਿਹਾ ਤੇਰੀ ਗੱਲ ਮੈਂ ਮੰਨ ਕੇ ਆਪਣੇ ਪਿਓ ਕੋਲੋਂ ਗਾਲਾਂ ਖਾਣੀਆਂ ਨੇ ਤੇ ਕੋਈ ਨਹੀਂ ਮੇਰੀ ਖਾਤਰ ਖਾ ਲੈਣਾ ਵੇ ਨੌਕਰ ਹੈ ਨੌਕਰ ਨੌਕਰਾਂ ਵਾਂਗੂ ਰਿਹਾ ਕਰ ਤੇ ਨੌਕਰਾਂ ਦਾ ਕੋਈ ਹੱਕ ਨਹੀਂ 8-8 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਝੂਠਿਆ ਹਰ ਮਹੀਨੇ ਮੇਰਾ ਰੱਬ ਤੈਨੂੰ ਤਨਖਾਹ ਦਿੰਦਾ ਹਰ ਹਰ ਮਹੀਨੇ ਉਹ ਉਨੀ ਕੀ ਤਨਖਾਹ ਨਾਲ ਮੇਰਾ ਕੀ ਬਣਦਾ ਤੇ ਤੂੰ ਕੀ ਚਾਹਨਾ ਬਿਲਡਿੰਗ ਤੇਰੇ ਨਾਂ ਕਰਾ ਦੂੰ ਮੇਰਾ ਅੱਬਾ ਤਨਖਾਹਾਂ ਦੇਣ ਨਾਲ ਬੋਨਸ ਦੇਣ ਬੋਨਸ ਹਰੇ ਬਟਨ ਦੋ ਹਰੇ ਬਟਨ ਤੇਰੇ ਵਰਗੇ ਨੂੰ ਬੋਨਸ
ਕੁਝ ਨਹੀਂ ਮਿਲਦਾ। ਕੀ ਮਿਲਦਾ ਹੈ? ਤੇਰੇ ਵਰਗੇ ਮੁੰਡੇ ਪਤਾ ਕੀ ਕਰਦੇ ਨੇ? ਕੀ ਕਰਦੇ ਨੇ? ਦੂਰੋਂ ਸੁਣ ਕੇ ਦੱਸ ਦਿੰਦੇ ਨੇ ਪਠਾਨ ਕਿਹੜੀ ਗਲੀ ਚੋਂ ਆ ਰਹੇ ਆ। ਕਬਰਸਤਾਨ ਖਲੋ ਕੇ ਕਹਿੰਦੀਆਂ ਹਕੂਮਤ ਇਜਾਜ਼ਤ ਦੇਵੇ ਮੈਂ ਸਾਰੇ ਉਠਾ ਦਵਾਂ। ਇਹੋ ਜਿਹੀਆਂ ਕੁੜੀਆਂ ਨੂੰ ਇਹੋ ਜਿਹੀਆਂ ਕੁੜੀਆਂ ਮੇਰੀ ਭੈਣ ਨੂੰ ਤਲਾਕ ਕਰਾਉਂਦੀਆਂ ਨੇ। ਇਹੋ ਜਿਹੀਆਂ ਕੁੜੀਆਂ ਮੇਰੀ ਭੈਣ ਨੂੰ ਦੁਬਈ